ਅਮਰੀਕਾ ਵਿੱਚ ਕਰੋਨਾ ਵਾਇਰਸ ਦਾ ਕਹਿਰ جاری ਹੈ ਪਰ ਇਸ ਦਰਮਿਆਨ ਵੀ ਸਿੱਖ ਪਾਈਚਾਰਾ ਮਨੁੱਖਤਾ ਦੀ ਸੇਵਾ ਲਈ ਦਿਨ ਰਾਤ ਲੱਗਾ ਹੈ ਕੈਲੀਫੋਰਨੀਆ ਵਿੱਚ ਸਿੱਖ ਪਾਈਚਾਰੇ ਵੱਲੋਂ ਖਾਣੇ ਗਰੋਸਰੀ ਸਮੇਤ ਸਾਫ ਸਪਾਈ ਦਾ ਸਮਾਨ ਨਾਲ ਪਰੇ ਬੌਕ ਸਣੇ ਹੋ ਲੋੜਵੰਦਾ ਸਮਾਨ ਲੋੜਵੰਦਾ ਤੱਕ ਪਹੁੰਚਦਾ ਕੀਤਾ ਜਾ ਰਿਹਾ ਹੈ ਇਹ ਸੇਵਾ ਜ਼ਿਆਦਾਤਰ ਉਹਨਾਂ ਬਜ਼ੁਰਗਾ ਲੋੜਵੰਦਾਂ ਲਈ ਹੈ ਜੋ ਖੁਦ ਘਰੋਂ ਬਾਹਰ ਨਿਕਲਣ ਤੋਂ ਅਸਮਰੱਥ ਹਨ ਜਾਂ ਕਿਸੇ ਬਿਮਾਰੀ ਤੋਂ ਪੀੜਤ ਹਨ ਕਰੋਨਾ ਮਹਾਮਾਰੀ ਦਰਮਿਆਨ ਸਿੱਖ ਗੁਰਨੇਕ ਸਿੰਘ ਸੰਘੇੜਾ ਵੱਲੋਂ ਆਪਣੇ ਦੋਸਤਾਂ ਸਾਥੀਆਂ ਨਾਲ ਮਿਲ ਕੇ ਸਿੱਖ ਪੈਂਟਰੀ ਸ਼ੁਰੂ ਕੀਤੀ ਗਈ ਅਤੇ ਉਹ ਰੋਜ਼ਾਨਾ ਸੇਵਾ ਨਿਭਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਲੋਕ ਵਾਇਰਸ ਤੋਂ ਡਰਦੇ ਆ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਤਾਂ ਕੁਝ ਲੋੜਵੰਦ ਬਜ਼ੁਰਗ ਵੀ ਹਨ ਜੋ ਗਰੋਸਰੀ ਸਮੇਤ ਹੋਰ ਸਮਾਨ ਖਰੀਦਣ ਖੁਦ ਨਹੀਂ ਜਾ ਸਕਦੇ ਜਾਂ ਉਹਨਾਂ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਸੰਘੇੜਾ ਦਾ ਕਹਿਣਾ ਹੈ ਕਿ ਦੂਜਿਆਂ ਦੀ ਮਦਦ ਸਾਡਾ ਧਰਮ ਸਿਖਾਉਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਮੁਫਤ ਹੈ ਅਸੀਂ ਕਿਸੇ ਤੋਂ ਪੈਸੇ ਨਹੀਂ ਚਾਹੁੰਦੇ ਕਿਉਂਕਿ ਇਸ ਵੇਲੇ ਸਭ ਇਸ ਮਹਾਮਾਰੀ ਕਰਕੇ ਮੁਸ਼ਕਲ ਵਿੱਚ ਹਨ ਇਹ ਔਖੀ ਕੜੀ ਹੈ ਸਾਨ ਜੋਸਕਿਨ ਕਾਉਂਟੀ ਵਿੱਚ ਸਾਡੇ ਵਲੰਟੀਅਰ ਪਿਛਲੇ 3 ਹਫ਼ਤਿਆਂ ਤੋਂ ਹੁਣ ਤੱਕ 415 ਜਹਾ ਬਕਸੇ ਵੰਡ ਚੁੱਕੇ ਹਨ ਲੋਕਾਂ ਨੇ ਸਿਰਫ ਸਾਈਨ ਅਪ ਕਰਨਾ ਹੈ ਤੇ ਆਪਣਾ ਆਰਡਰ ਦੇਣਾ ਹੈ ਜਿੱਥੇ ਉਹਨਾਂ ਨੂੰ ਸਾਨੂੰ ਆਪਣਾ ਨਾਮ ਦੱਸਣਾ ਹੋਵੇਗਾ ਘਰ ਵਿੱਚ ਕਿੰਨੇ ਮੈਂਬਰ ਹਨ ਕਿੰਨੇ ਬੱਚੇ ਹਨ ਕਿੰਨੇ ਜਵਾਨ ਹਨ ਸਭ ਦੀ ਜਾਣਕਾਰੀ ਦੇਣੀ ਹੋਵੇਗੀ ਫਿਰ ਅਸੀਂ ਉਸੇ ਹਿਸਾਬ ਨਾਲ ਆਰਡਰ ਦੇ ਦੇਖ ਸਿੱਖ ਪੈਂਟਰੀ ਵੱਲੋਂ ਇਹ ਸਾਰਾ ਸਮਾਨ ਬਕਾਇਦਾ ਸਾਵਧਾਨੀ ਵਰਤਦਿਆਂ ਬਕਸਿਆਂ ਵਿੱਚ ਪੈਕ ਕੀਤਾ ਜਾਂਦਾ ਹੈ ਇੱਕ ਵਲੰਟੀਅਰ ਅਮਰਤਪਾਲ ਸਿੰਘ ਦਾ ਕਹਿਣਾ ਹੈ ਕਿ ਜੇ ਅਸੀਂ ਕਿਸੇ ਦੀ ਮਦਦ ਕਰਨ ਦੇ ਸਮਰੱਥ ਹਾਂ ਤਾਂ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ ਸਾਡੇ ਵੱਲੋਂ ਮਿਲੇ ਹਰ ਆਰਡਰ ਨੂੰ ਪੂਰੀ ਸਾਵਧਾਨੀ ਵਰਤਦਿਆਂ ਲੋਕਾਂ ਦੇ ਘਰਾਂ ਦੇ ਬਾਹਰ ਰੱਖ ਦਿੱਤਾ ਜਾਂਦਾ ਹੈ ਤੇ ਗਲੋਬ ਐਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀ ਵਿਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ